ਕਪੂਰਥਲੇ ਜ਼ਿਲ੍ਹੇ ਵਿੱਚ ਪਿੰਡ ਹੈ ਜੀ ਡੱਲਾ, ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਦਮੋਦਰੀ ਜੀ ਨੂੰ ਵਿਆਹੁਣ ਆਏ ਸੀ। ਇਹ ਪਿੰਡ ਹੈ ਜਿੱਥੇ 72 ਬ੍ਰਹਮ ਗਿਆਨੀ ਸਿੱਖ ਹੋਏ ਹਨ। ਇਹ ਉਹ ਪਿੰਡ ਹੈ ਜਦੋਂ ਗੁਰੂ ਸਾਹਿਬ ਜੀ ਨੇ 22 ਮੰਜੀਆਂ ਦਿੱਤੀਆਂ ਤੀਜੇ ਪਾਤਸ਼ਾਹ ਨੇ, ਅਤੇ 4 ਮੰਜੀਆਂ ਇਸ ਪਿੰਡ ਨੂੰ ਮਿਲੀਆਂ ਭਾਈ ਪਾਰੋ, ਭਾਈ ਲਾਲੂ, ਭਾਈ ਅੱਲਾ ਯਾਰ ਖਾਂ ਅਤੇ ਭਾਈ ਖਾਨੂ ਸ਼ੁਰਾ ਜੀ ਨੂੰ। ਉਹ ਵੱਖੋ ਵੱਖਰੇ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਰਹੇ, ਵੱਡੇ ਵੱਡੇ ਗੁਰਸਿੱਖ ਇੱਥੇ ਹੋਏ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਜਦੋਂ ਬਰਾਤ ਲੈ ਕੇ ਆਏ ਸੀਗੇ ਆਪਣੇ ਸਪੁੱਤਰ ਦੀ, ਤਾਂ ਦੱਸਦੇ ਹਨ 5 ਬੌਲੀਆਂ ਉਹਨਾਂ ਨੇ ਲਵਾਈਆਂ, ਜਿਨ੍ਹਾਂ 'ਚੋਂ 2 ਅੱਜ ਪ੍ਰਗਟ ਹਨ। ਇੱਕ ਪਿੰਡ ਦੇ ਲਾਗੇ ਬੌਲੀ ਸਾਹਿਬ ਬਣਿਆ ਹੋਇਆ ਹੈ, ਇੱਕ ਪਿੰਡ ਤੋਂ ਬਾਹਰ ਵਾਰ ਬੌਲੀ ਸਾਹਿਬ ਹੈ ਜਿਸ ਨੂੰ ਬੌਲੀ ਸੋਢੀਆਂ ਕਹਿੰਦੇ ਹਨ। ਪਿੰਡ ਦੇ ਵਿੱਚ ਭਾਈ ਲਾਲੂ ਜੀ ਦਾ ਜਨਮ ਸਥਾਨ ਜਿੱਥੇ ਉਹਨਾਂ ਦਾ ਘਰ ਸੀ ਉੱਥੇ ਹੈ। ਇੱਕ ਲਾਗੇ ਹੀ ਗੁਰਦੁਆਰਾ ਜੰਝ ਸਾਹਿਬ ਹੈ ਜਿੱਥੇ ਜੰਝ ਘਰ ਸੀ, ਜਿੱਥੇ ਆ ਕੇ ਬਰਾਤ ਰੁਕੀ ਸੀ। ਔਰ ਇੱਕ ਹੈ ਖੂਹ ਜਿੱਥੇ ਭਾਈ ਪਾਰੋ ਜੀ ਬੈਠ ਕੇ ਸੰਗਤ ਨੂੰ ਜਲ ਛਕਾਇਆ ਕਰਦੇ ਸੀ।